ਭਰਤੀ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਦੇ ਚਲਦਿਆਂ ਅੱਜ ਯਾਨੀ ਕਿ 4 ਅਕਤੂਬਰ ਨੂੰ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਹੈ। ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਬਣਾਏ ਗਏ ਨੋਮੀਨੇਸ਼ਨ ਸੈਂਟਰ ਵਿੱਚ ਸਵੇਰ ਤੋਂ ਹੀ ਸਰਪੰਚੀ ਦੇ ਉਮੀਦਵਾਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਸੈਂਟਰ ਦੇ ਵਿੱਚ ਸਵੇਰੇ 8 ਵਜੇ ਤੋਂ ਸਰਕਾਰੀ ਸਟਾਫ ਵੀ ਆ ਕੇ ਬੈਠ ਗਿਆ ਅਤੇ ਆਪਣੇ ਆਪਣੇ ਕੰਮਾਂ ਦੇ ਵਿੱਚ ਲੱਗ ਗਿਆ। ਦੂਜੇ ਪਾਸੇ 9 ਵਜੇ ਦੇ ਕਰੀਬ ਹੀ ਸਕੂਲ ਦੇ ਬਾਹਰ ਵੀ ਉਮੀਦਵਾਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਪੁਲਿਸ ਦੇ ਵੱਲੋਂ 11 ਵਜੇ ਸਕੂਲ ਦੇ ਗੇਟ ਖੋਲ੍ਹੇ ਗਏ ਅਤੇ ਨੋਮੀਨੇਸ਼ਨ ਸੈਂਟਰ ਵਿੱਚ ਉਮੀਦਵਾਰਾਂ ਦੇ ਵੱਲੋਂ ਨੋਮੀਨੇਸ਼ਨ ਫਾਈਲ ਕਰਨ ਦਾ ਕੰਮ ਜਾਰੀ ਹੈ। ਬਲਾਕ ਗੁਰਦਾਸਪੁਰ ਦੇ ਕੁੱਲ 178 ਪਿੰਡਾਂ ਦੇ ਉਮੀਦਵਾਰ ਇੱਥੇ ਕਾਗਜ਼ ਦਾਖਲ ਕਰਨ ਦੇ ਲਈ ਆਉਣਗੇ ਅਤੇ ਸਕੂਲ ਦੇ 9 ਵੱਖ-ਵੱਖ ਕਮਰਿਆਂ ਦੇ ਵਿੱਚ ਬੈਠੇ ਰਿਟਰਨਿੰਗ ਅਫਸਰਾਂ ਦੇ ਵੱਲੋਂ ਉਹਨਾਂ ਦੇ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਕਰ ਦਿੱਤੀ ਗਈ ਹੈ। ਸੋ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਮੌਕੇ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ। 15 ਤਰੀਕ ਨੂੰ ਸਰਪੰਚੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਨੋਮੀਨੇਸ਼ਨ ਫਾਈਲ ਕਰਨ ਦੀ ਅੱਜ ਲਾਸਟ ਡੇਟ ਹੈ। ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿਖੇ ਨੋਮੀਨੇਸ਼ਨ ਸੈਂਟਰ ਬਣਿਆ ਹੋਇਆ, ਬਾਹਰ ਭੀੜ ਲੱਗੀ ਹੋਈ ਹੈ। ਨੋਮੀਨੇਸ਼ਨ ਕਰਵਾਉਣ ਵਾਲਿਆਂ ਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ। ਨੋਮੀਨੇਸ਼ਨ ਕਰਵਾਉਣ ਵਾਲੇ ਸਰਪੰਚ ਪੰਚ ਪਹੁੰਚ ਚੁੱਕੇ ਨੇ, ਅਧਿਕਾਰੀ ਸਾਡੇ ਨਾਲ ਮੌਜੂਦ ਨੇ। ਆਰਓ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆਪਣਾ? ਮੇਰਾ ਨਾਮ ਜੀ ਲਵਪ੍ਰੀਤ ਸਿੰਘ ਰੰਧਾਵਾ। ਕਿੰਨੇ ਪਿੰਡ ਨੇ ਤੁਹਾਡੇ ਕੋਲ? ਮੇਰੇ ਕੋਲ ਜੀ 11 ਪਿੰਡ ਹੈ ਮੇਰੇ ਅੰਡਰ ਜੀ। ਟੋਟਲ ਕਿੰਨੇ ਇਹਦੇ 'ਚ ਰੂਮ ਬਣਾਏ? ਟੋਟਲ 9 ਸੈਂਟਰ ਹੈ, 178 ਪਿੰਡ ਆਪਣੇ ਕੋਲ। ਬਲੋਕ ਗੁਰਦਾਸਪੁਰ ਦੇ? ਹਾਂਜੀ, ਗੁਰਦਾਸਪੁਰ ਬਲੋਕ ਦੇ ਜੀ। ਸਾਰੇ ਕੀ ਅਰੇਂਜਮੈਂਟ ਹੈ ਅੰਦਰ? ਅਰੇਂਜਮੈਂਟ ਜੀ ਸਿਕਿਉਰਿਟੀ ਦਾ, ਬਾਕੀ ਪਾਣੀ ਦਾ ਜੀ ਜੇ ਕੋਈ ਆਏਗਾ। ਬਾਕੀ ਇੰਨੀ ਜ਼ਿਆਦਾ ਪਬਲਿਕ ਆ, ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਰਿਆਂ ਨੂੰ ਮੇਨਟੇਨ ਕੀਤਾ ਆ। ਸਾਡੇ ਵੱਲੋਂ ਟੋਕਨ ਦਿੱਤੇ ਜਾਣ ਰਹੇ ਤਾਂ ਜੋ ਕਿ ਅੰਦਰ ਆ ਕੇ ਜ਼ਿਆਦਾ ਭੀੜ ਭੜੱਕਾ ਨਾ ਹੋਏ। ਬਾਕੀ ਲਾਅ ਐਂਡ ਮਤਲਬ ਸਿਕਿਉਰਿਟੀ ਬਹੁਤ ਵਧੀਆ, ਮਤਲਬ ਸਾਰਾ ਸਰਕਾਰ ਨੇ ਕੀਤਾ ਆ ਤਾਂ ਜੋ ਕੋਈ ਇੱਥੇ ਮਾਹੌਲ ਖਰਾਬ ਨਾ ਹੋਵੇ। ਬਾਹਰ ਕਾਫੀ ਭੀੜ ਦੇਖੀ ਜਾ ਰਹੀ ਹੈ, ਕਿੰਨੇ ਵਜੇ ਤੱਕ ਟਾਈਮ ਹੈ? ਇਹ ਆਪਣਾ 11 ਤੋਂ 3 ਦਾ ਨੋਮੀਨੇਸ਼ਨ ਦਾ, ਪਰ ਜਿਹੜਾ ਇੱਕ ਵਾਰੀ ਸਾਡੇ ਪ੍ਰੀਮਿਸਿਸ ਵਿੱਚ ਐਂਟਰ ਹੋਏਗਾ, ਭਾਵੇਂ ਸਾਡੇ 5 ਵਜੇ ਨੇ ਭਾਵੇਂ 7 ਵਜੇ ਨਾਲ ਸਾਰਿਆਂ ਦੇ ਕਾਗਜ਼ ਲੈ ਕੇ ਜਾਵਾਂਗੇ ਇੱਥੋਂ। ਲੱਗਦਾ ਸਾਰੇ ਹੋ ਜਾਣ? ਹਾਂਜੀ ਹੋ ਜਾਣਗੇ ਜੀ, ਉਹ ਸਾਡੀ ਪੂਰੀ ਤਿਆਰੀ ਆ, ਬਸ ਲੋਕ ਥੋੜ੍ਹੇ ਜਿਹੇ ਸ਼ਾਂਤ ਰਹਿਣ, ਸਾਰਾ ਕੁਛ ਕਰਕੇ ਜਾਵਾਂਗੇ ਅਸੀਂ। ਸਾਡੇ ਭਾਵੇਂ ਜਿੰਨੇ ਮਰਜ਼ੀ ਇੱਥੇ 12 ਵਜੇ ਨਾਲ ਅਸੀਂ ਸਾਰਿਆਂ ਦੇ ਨੋਮੀਨੇਸ਼ਨ ਲਵਾਂਗੇ, ਜਿਹੜਾ ਇੱਕ ਵਾਰੀ ਸਾਡੇ ਕੋਲ 3 ਵਜੇ ਦੇ ਪਹਿਲਾਂ ਇੱਥੇ ਐਂਟਰ ਹੋ ਜਾਏਗਾ। ਗੱਲ ਪੁਲਿਸ ਪ੍ਰਬੰਧਾਂ ਦੀ ਕੀਤੀ ਜਾਏ ਤੇ ਪੁਲਿਸ ਪ੍ਰਬੰਧਾਂ ਦੇ ਬਾਰੇ ਕੀ ਕਹਿਣਾ? ਹੁਣੇ ਸ਼ਾਇਦ ਤੁਸੀਂ ਵੀ ਕਵਰ ਕੀਤਾ, ਥੋੜ੍ਹੇ ਚਿਰ ਪਹਿਲਾਂ ਇੱਥੇ DSP ਸਾਹਿਬ ਤੇ SSP ਸਾਹਿਬ ਸਾਰਾ ਮਾਇਨਾ ਕਰਕੇ ਗਏ ਨੇ। ਸਾਡੇ ਕੋਲ ਵੀ ਫੀਡਬੈਕ ਲੱਗ ਗਏ ਕਿ ਤੁਹਾਨੂੰ ਕੋਈ ਸਿਕਿਉਰਿਟੀ ਚਾਹੀਦੀ ਹੈ ਜਾਂ ਕੁਛ ਵੀ ਚਾਹੀਦਾ ਆ। ਬਾਕੀ ਬਹੁਤ ਵਧੀਆ ਪ੍ਰਬੰਧ ਹੈ ਤੁਹਾਡੇ ਸਾਹਮਣੇ ਆ, ਇੰਨੀ ਪੁਲਿਸ ਫੋਰਸ ਅਸੀਂ ਕਦੀ ਵੇਖੀ ਨਹੀਂ ਚੋਣਾਂ ਦੇ ਵਿੱਚ, ਨਹੀਂ ਤੇ ਮਤਲਬ ਮੋਸਟਲੀ ਕੀ ਹੁੰਦਾ ਕਿ ਸਰਕਾਰ ਧੱਕਾ ਕਰਦੀ ਆ, ਓਪੋਜੀਸ਼ਨ ਆਉਣ ਨਹੀਂ ਦਿੰਦੀ। ਪਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਮਤਲਬ ਓਪੋਜੀਸ਼ਨ ਵੀ ਨਾਲ ਹੀ ਖਲੋਤੀ ਤੇ ਸਰਕਾਰ ਦੇ ਬੰਦੇ ਵੀ ਉੱਥੇ ਖਲੋਤੇ ਆ, ਤੇ ਬਹੁਤ ਵਧੀਆ ਤਰੀਕੇ ਨਾਲ ਪਾਰਦਰਸ਼ੀ ਤਰ੍ਹਾਂ ਚੋਣਾਂ ਹੋ ਰਹੀਆਂ ਜੀ। ਉਮੀਦਵਾਰਾਂ ਦੀ ਗੱਲ ਕੀਤੀ ਜਾਏ ਤੇ ਕੀ ਉਹਨਾਂ ਨੂੰ ਇੰਸਟਰਕਸ਼ਨ ਦਿੱਤੇ ਗਏ? ਮੇਨ ਆਲ ਇੰਸਟਰਕਸ਼ਨ ਇਹ ਆ ਕਿ ਜਿਹੜਾ ਵੀ ਉਮੀਦਵਾਰ ਹੈ ਸਿਰਫ ਉਹੀ ਅੰਦਰ ਆਏ, ਕਿ ਵਾਧੂ ਲੋਕ ਅੰਦਰ ਆ ਕੇ ਸਾਨੂੰ ਵੀ ਕਨਫਿਊਜ਼ ਨਾ ਕਰਨ, ਕਿਉਂਕਿ ਅਸੀਂ ਵੀ ਸਾਈਨ ਲੈਣੇ ਹੁੰਦੇ ਆ। ਬਹੁਤ ਜ਼ਰੂਰੀ ਕਾਗਜ਼ ਆ, ਕੋਈ ਵੀ ਇੱਕ ਕਾਗਜ਼ ਇੱਧਰ ਉੱਧਰ ਹੋ ਜਾਵੇ ਫਿਰ ਬਾਅਦ 'ਚ ਪ੍ਰੋਬਲਮ ਹੁੰਦਾ, ਖਸਦਾ ਬਣਿਆ ਰਹਿੰਦਾ ਹੈ। ਨੋਮੀਨੇਸ਼ਨ ਬਾਰੇ ਕੀ ਇੰਸਟਰਕਸ਼ਨ, ਕੀ ਫਾਰਮੈਲਿਟੀਜ਼? ਨੋਮੀਨੇਸ਼ਨ ਦਾ ਇੱਕ ਫਾਰਮ 4 ਹੈ ਆਪਣਾ, ਇੱਕ ਨੈਕਸਟ ਏਜ ਦਾ ਜੀ, ਬਾਕੀ ਆਧਾਰ ਕਾਰਡ ਹੈ, ਪੈਨ ਕਾਰਡ ਹੈ, ਵੋਟਰ ਲਿਸਟਾਂ ਆ, ਬਾਕੀ ਇੱਕ ਦੋ ਹਲਫੀਆ ਬਿਆਨ ਆ ਜੀ। ਬਾਕੀ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਪਰਾਲੀ ਨੂੰ ਅੱਗ ਨਾ ਲਾਇਆ ਜਾਏ ਤਾਂ ਜੋ ਕਿ ਵਾਤਾਵਰਨ ਸਾਫ਼ ਰਹੇ, ਉਹਦੀ ਕਈ ਸਾਹ ਲੈ ਰਹੇ ਹਾਂ ਤਾਂ ਜੋ ਕਿ ਜੋ ਵੀ ਘੱਟੋ ਘੱਟ ਜਿਹੜਾ ਪਿੰਡ ਦਾ ਮੋਹਤਵਾਰ ਹੈ ਉਹਦੇ ਆਪਣੀ ਪਰਾਲੀ ਨੂੰ ਅੱਗ ਨਾ ਲਾਏ ਤੇ ਵਾਤਾਵਰਨ ਵਧੀਆ ਰੱਖੇ। ਅਧਿਕਾਰੀਆਂ ਦੀ ਗੱਲ ਕੀਤੀ ਜਾਏ ਤੇ ਲਗਾਤਾਰ ਚੱਕ ਲਗਾ ਰਹੇ? ਹਾਂਜੀ ਹਾਂਜੀ, ਸਾਡੇ ਆਉਣ ਤੋਂ ਪਹਿਲਾਂ ਨੇ ਸਗੋਂ ਅਸੀਂ ਇੱਥੇ ਮਤਲਬ 8 ਵਜੇ ਤੋਂ ਪਹਿਲਾਂ ਪਹੁੰਚ ਗਏ ਸਾਡੇ ਬੰਦੇ, ਪਰ ਸਾਡੇ ਤੋਂ ਪਹਿਲਾਂ SDM ਸਾਹਿਬ ਇੱਕ ਵਾਰੀ ਆ ਕੇ ਮਤਲਬ ਘੁੰਮ ਫਿਰ ਗਏ ਤੇ ਸਾਰਾ ਉਹਨਾਂ ਵੱਲੋਂ ਸਾਰੀ ਜਾਂਚ ਪੜਤਾਲ ਕਰਦੀ ਆ, ਸਾਨੂੰ 24/7 ਸਾਡੇ ਕੰਟੈਕਟ ਵਿੱਚ ਆ, ਜਦੋਂ ਵੀ ਕੋਈ ਪਰੇਸ਼ਾਨੀ ਹੁੰਦੀ ਆ ਉਹਨਾਂ ਦੇ ਇੱਕ ਦੋ ਨੁਮਾਇੰਦੇ ਸਾਡੇ ਕੋਲ ਇੱਥੇ ਪੱਕੇ ਮੌਜੂਦ ਹੈ ਜੀ। ਲੱਗਦਾ ਕਿ ਅਮਨ ਅਮਾਨ ਨਾਲ ਹੋ ਜਾਣਗੇ ਚੋਣਾਂ? ਹਾਂਜੀ ਜ਼ਰੂਰ, ਅਮਨ ਅਮਾਨ ਹੀ ਹੋਣਗੇ ਜੀ। ਤੇ ਬਿਲਕੁਲ ਜੀ, ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਆ। ਨੋਮੀਨੇਸ਼ਨ ਕਰਨ ਆਏ ਉਮੀਦਵਾਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਆ ਕਿ ਇਕੱਲੇ ਇਕੱਲੇ ਅੰਦਰ ਆਉਣ ਤੇ ਆਪਣੇ ਗਵਾਹੀ ਹੀ ਲੈ ਕੇ ਆਉਣ, ਹੋਰ ਕੋਈ ਐਕਸਟਰਾ ਬੰਦਾ ਨਾ ਆਏ ਤੇ ਹਥਿਆਰ ਲੈ ਕੇ ਆਉਣ ਦੀ